ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੰਟਰਵਿਊ ਲਵਾਂਗੇ ਗੁਰਪ੍ਰੀਤ ਕੌਰ ਤੋਂ ਕਿ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹ ਬਸ ਫੋਨਾਂ 'ਤੇ ਅਤੇ ਟੀਵੀਆਂ 'ਤੇ ਉਹਨਾਂ ਨੇ ਪਤਲੇ ਕਿ ਜਿਹੜੇ ਆਪਣੇ ਪੁਰਾਣੇ ਜ਼ਮਾਨੇ ਦੀਆਂ ਗੇਮਾਂ ਹੁੰਦੀਆਂ ਜਿਹੜੇ ਆਪਾਂ ਛੋਟੇ ਹੁੰਦੇ ਖੇਡਦੇ ਸੀ ਜਿਵੇਂ ਬਾਟੇ ਖੇਡਦੇ ਹੁੰਦੇ ਸੀਗੇ ਡੱਡੂ ਛੜੱਪਾ ਹੋਰ ਕਈ ਰੇਸਾਂ ਹੁੰਦੀਆਂ ਸੀਗੀਆਂ ਉਦੋਂ ਅਤੇ ਜਿਵੇਂ ਪੀਚੋ ਜਾਂ ਕੁਛ ਗੇਮਾਂ ਹੁੰਦੀਆਂ ਸੀਗੀਆਂ ਉਹ ਹਜੇ ਪੁਰਾਣੇ ਜ਼ਮਾਨੇ ਸੀ ਮੈਨੂੰ ਹਜੇ ਯਾਦ ਨਹੀਂ ਹੈਗੀ ਮੈਂ ਭੁੱਲ ਚੁੱਕੀ ਹਾਂ ਚਲੋ ਹੁਣ ਆਪਾਂ ਰਾਏ ਰਹਿੰਦੇ ਹਾਂ ਕਿਵੇਂ ਆਪਾਂ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬੱਚੇ ਤਾਂ ਬੱਚੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੱਡੇ ਹੋ ਕੇ ਵੀ ਗੇਮਾਂ ਦੇ ਨਾਮ ਨਹੀਂ ਜਾਣਦੇ ਪੀਚੋ ਹੁੰਦੀ ਸੀ ਜੀ ਟੀਟੇ ਹੁੰਦੇ ਸੀ ਜੀ ਬੰਟੇ ਕਹਿ ਸਕਦੇ ਹਾਂ ਆਪਾਂ ਹੁਣ ਅਸੀਂ ਜੀ ਜਿਵੇਂ ਲੁਕਣ ਛੁਪੀ ਖੇਡਣਾ ਦੌੜ ਭੱਜ ਕਰਨੀ ਉਹ ਬਹੁਤ ਸਾਰੀਆਂ ਖੇਡਾਂ ਸੀ ਜੀ ਜਿਹੜੀਆਂ ਸਾਨੂੰ ਫਿਜ਼ੀਕਲੀ ਐਕਟੀਵਿਟੀ ਦਿੰਦੀਆਂ ਸੀਗੀਆਂ ਬਹੁਤ ਅੱਛੀ ਕਸਰਤ ਹੁੰਦੀ ਸੀ ਜਿਨ੍ਹਾਂ ਨਾਲ ਪਰ ਅੱਜ ਕੱਲ੍ਹ ਬੱਚੇ ਉਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਗਏ ਨੇ ਕਿਉਂਕਿ ਅੱਜ ਕੱਲ੍ਹ ਬੱਚੇ ਜ਼ਿਆਦਾ ਵੀਡੀਓ ਗੇਮਸ ਟੀ ਵੀ ਦੇ ਪ੍ਰੋਗਰਾਮਸ ਮੋਬਾਈਲਾਂ ਦੇ ਵਿੱਚ ਹੀ ਜ਼ਿਆਦਾ ਆਪਣਾ ਟਾਈਮ ਆ ਜਿਹੜਾ ਲਗਾਉਣਾ ਪਸੰਦ ਕਰਦੇ ਨੇ ਅੱਜ ਕੱਲ੍ਹ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਬਿਲਕੁਲ ਹੀ ਬੰਦ ਹੋ ਗਈ ਹੈ ਜੀ ਮੇਰੇ ਘਰ ਤਾਂ ਮੇਰੇ ਦੋ ਬੱਚੇ ਨੇ ਬੇਟਾ ਤਾਂ ਫਿਰ ਵੀ ਫਿਜ਼ੀਕਲ ਐਕਟੀਵਿਟੀ ਕਰ ਲੈਂਦਾ ਗਰਾਊਂਡ ਜਾ ਆਉਂਦਾ ਖੇਡ ਆਉਂਦਾ ਪਰ ਮੇਰੀ ਬੇਟੀ ਹੈ ਜੀ 10 ਸਾਲ 11 ਸਾਲ ਦੀ ਹੋ ਗਈ ਓਵਰ ਵੇਟ ਹੋ ਗਈ ਜੀ ਉਹ ਬਿਲਕੁਲ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੀ ਬਿਲਕੁਲ ਘਰ ਤੋਂ ਬਾਹਰ ਖੇਡਣ ਨਹੀਂ ਜਾਂਦੀ ਗਰਾਊਂਡ ਵੀ ਨਹੀਂ ਜਾਂਦੀ ਹੈਗੀ ਤਾਂ ਉਹਦੇ ਕਰਕੇ ਉਹਨੂੰ ਵੇਟ ਜਿਹੜਾ ਜ਼ਿਆਦਾ ਵੱਧ ਰਿਹਾ ਬਹੁਤ ਸਾਰੇ ਬੱਚਿਆਂ ਨੂੰ ਮੇਰੀ ਬੇਟੀ ਨੂੰ ਨਹੀਂ ਜੀ ਇਹ ਬਹੁਤ ਸਾਰੇ ਬੱਚਿਆਂ ਨੂੰ ਪ੍ਰੋਬਲਮਸ ਆ ਰਹੀਆਂ ਨੇ ਬੱਚੇ ਮੋਟੇ ਹੋ ਰਹੇ ਆ ਮੋਟੇ ਹੋਣ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਜਿਹੜੀ ਕਿ ਆਪਣੇ ਦੇਸ਼ ਦੇ ਲਈ ਇੱਕ ਖਤਰੇ ਦੀ ਕੰਟਰੀ ਆ ਹਾਂਜੀ ਅਤੇ ਤੁਹਾਡੇ ਕੋਲ ਕੋਈ ਰਾਏ ਹੈ ਜਿਹਦੇ ਨਾਲ ਆਪਾਂ ਬੱਚਿਆਂ ਨੂੰ ਆਪਣੀ ਪੁਰਾਣੀਆਂ ਖੇਡਾਂ ਦੇ ਵਿੱਚ ਇੰਟਰਸਟ ਦਵਾ ਸਕਦੇ ਹਾਂ ਇਹਦਾ ਫੋਟਾ ਅਤੇ ਟੀਵੀਆਂ ਤੋਂ ਦੂਰ ਕਰ ਸਕਦਾ ਹਾਂਜੀ ਮੇਰੇ ਮੁਤਾਬਕ ਸਭ ਤੋਂ ਪਹਿਲਾਂ ਜਿਹੜਾ ਸਕੂਲ ਆ ਅਤੇ ਜਿਹੜੇ ਆਪਣੇ ਦੋਸਤ ਮਿੱਤਰ ਆ ਉਹ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ ਆਪਾਂ ਨੂੰ ਸਕੂਲਾਂ 'ਚ ਉਸ ਟਾਈਪ ਦੀਆਂ ਜਿਹੜੀਆਂ ਖੇਡਾਂ ਨੇ ਸ਼ੁਰੂ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਦਾ ਉਹਨਾਂ ਬੱਚਿਆਂ ਦੀ ਐਕਟੀਵਿਟੀ ਹੋਵੇ ਜਿਵੇਂ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਸਕੂਲ ਦੇ ਵਿੱਚ ਖੋ ਖੋ ਕਬੱਡੀ ਰੇਸ ਲਗਾਉਣੀ ਜੰਪਿੰਗ ਬਹੁਤ ਸਾਰੀਆਂ ਇੱਦਾਂ ਦੀਆਂ ਗੇਮਸ ਹੁੰਦੀਆਂ ਸੀ ਜਿਨ੍ਹਾਂ ਨਾਲ ਸਾਡੀ ਬਹੁਤ ਸਰੀਰਕ ਕਸਰਤ ਹੋ ਜਾਂਦੀ ਸੀ ਪਰ ਅੱਜ ਕੱਲ੍ਹ ਤਾਂ ਸਕੂਲਾਂ ਵਾਲੇ ਵੀ ਗੇਮਸ ਨਹੀਂ ਕਰਵਾ ਰਹੇ ਜਿਸ ਕਰਕੇ ਬੱਚਿਆਂ 'ਤੇ ਜੇ ਕਰਵਾਉਂਦੇ ਨੇ ਤਾਂ ਬਹੁਤ ਘੱਟ ਟਾਈਮ ਲਈ ਕਰਵਾਉਂਦੇ ਨੇ ਅੱਜ ਜੀ ਜਦੋਂ ਉੱਥੇ ਮੈਂ ਗ੍ਰੀਕ ਗਰੋਵ ਸਕੂਲ ਦੇ ਵਿੱਚ ਦੇਖਿਆ ਸੀਗਾ ਉਹ ਬੈਠੇ ਇੰਟਰਵਿਊ ਕਰਨੇ ਜਾ ਰਹੀ ਸੀਗੀ ਪਰ ਜਦੋਂ ਉੱਥੇ ਦੇਖਿਆ ਕਿ ਉੱਥੇ ਜਿਹੜੇ ਬੱਚਿਆਂ ਦਾ ਇੱਕ ਪੀਰੀਅਡ ਲੱਗ ਰਿਹਾ ਸੀਗਾ ਉਹ ਹੁਣੇ ਹੁਣੇ ਸ਼ੁਰੂ ਹੋਇਆ ਸੀ ਗੇਮਸ ਦਾ ਅਤੇ ਉਹ ਸਿਰਫ ਅੱਧੇ ਘਰ 'ਤੇ ਨਾ ਲੱਗਾ ਉਹ 'ਚ ਵੀ 10-15 ਮਿੰਟ ਤਾਂ ਉਹ ਜਾਂ 'ਚ ਜਾਂ ਫਿਰ ਕਲਾਸ ਵਿੱਚ ਜਾਂ 'ਚ ਹੀ ਲੱਗ ਜਾਂਦੇ ਨੇ ਅਤੇ ਹੋਰ ਜਿਹੜਾ ਕੁਛ 10-15 ਮਿੰਟ ਹੁੰਦੇ ਬਸ ਉਹਦੇ ਟਾਈਪ ਦੇ ਵਿੱਚ ਉਹ ਖਿਲਾਰਦੇ ਨੇ ਹਾਂਜੀ ਉਹ ਵੀ ਮੈਂ ਕਹਿਣਾ ਚਾਹੁੰਦੀ ਹਾਂ ਨਾ ਵੀ ਜੇ ਸਕੂਲਾਂ ਵਾਲੇ ਗੇਮਸ ਕਰਵਾਉਂਦੇ ਵੀ ਅੱਜ ਕੱਲ੍ਹ ਤਾਂ ਬਹੁਤ ਸ਼ੋਰਟ ਟਾਈਮ ਲਈ ਕਰਵਾਉਂਦੇ ਨੇ ਸਿਰਫ ਫਾਰਮੈਲਿਟੀ ਦੇ ਤੌਰ 'ਤੇ ਸਿਰਫ ਇਹ ਦਿਖਾਉਣ ਲਈ ਵੀ ਪੇਰੈਂਟਸ ਨੂੰ ਲੱਗੇ ਵੀ ਸਕੂਲ ਗੇਮਸ ਵੱਲ ਵੀ ਧਿਆਨ ਦੇ ਰਿਹਾ ਐਕਚੁਅਲੀ ਦੇਖੋ ਜੀ ਸਾਡੇ ਟਾਈਮਾਂ 'ਚ ਕੀ ਹੁੰਦਾ ਸੀਗਾ ਅਸੀਂ ਜੇ ਸਾਡਾ ਸਕੂਲ 9 ਵਜੇ ਲੱਗਣਾ ਜੀ ਅਸੀਂ 8:30-8:30 ਵਜੇ ਪਹੁੰਚ ਜਾਣਾ ਤਿਆਰ ਹੋ ਕੇ ਫਟਾਫਟ ਆਪਣੇ ਘਰ ਦੇ ਕੰਮ ਕਾਜ ਵੀ ਕਰਨੇ ਪੇਰੈਂਟਸ ਦੀ ਹੈਲਪ ਵੀ ਕਰਨੀ ਉਸ ਤੋਂ ਬਾਅਦ ਜੀ ਅਸੀਂ ਆਪਣੇ ਜਿਹੜੇ ਟੈਸਟ ਹੋਣੇ ਉਹਦੀ ਤਿਆਰੀ ਵੀ ਕਰਨੀ ਸਵੇਰੇ ਫਟਾਫਟ ਅਤੇ ਸਕੂਲ ਪਹੁੰਚ ਜਾਣਾ ਜੀ ਸਕੂਲ ਪਹੁੰਚ ਕੇ ਜੀ ਅਸੀਂ ਅੱਧਾ ਪੌਣਾ ਘੰਟਾ ਖੇਡਣਾ ਖੂਬ ਖੇਡਣਾ ਜੀ ਉਸ ਤੋਂ ਬਾਅਦ ਜੀ ਸਾਨੂੰ ਜਦੋਂ ਉਹ ਅੱਧੀ ਛੁੱਟੀ ਹੁੰਦੀ ਸੀ ਉਹ ਭਾਵੇਂ 1/2 ਘੰਟੇ ਦੀ ਸੀ ਪਰ ਅਸੀਂ ਉਹਦੇ 'ਚ ਵੀ ਫਟਾਫਟ ਆਪਣਾ ਖਾਣਾ ਖਾ ਕੇ ਕੋਸ਼ਿਸ਼ ਕਰਨੀ ਵੀ ਅਸੀਂ ਕੋਈ ਖੇਡ ਖੇਡਣੀ ਹੈਗੀ ਫਿਰ ਸਾਡੇ ਜੀ ਗੇਮਸ ਦੇ ਪੀਰੀਅਡ ਵੀ ਹੁੰਦੇ ਸੀ ਜਿਸ ਕਰਕੇ ਸਾਡੀ ਫਿਜ਼ੀਕਲ ਐਕਟੀਵਿਟੀ ਅੱਛੀ ਹੋ ਜਾਂਦੀ ਸੀਗੀ ਹਾਂਜੀ ਮਤਲਬ ਜੀ ਤੁਸੀਂ ਥੈਂਕ ਯੂ ਧੰਨਵਾਦ ਜੀ ਸਾਰਿਆਂ ਦਾ ਕਿ ਤੁਸੀਂ ਇੰਨੀ ਵਧੀਆ ਰਾਏ ਦਿੱਤੀ ਬੱਚਿਆਂ ਨੂੰ ਪਰ ਇਹ ਵੀ ਤਾਂ ਦੱਸਣਾ ਕਿ ਆਪਾਂ ਘਰ ਦੇ ਵਿੱਚ ਹੁਣ ਲੋਕਡਾਊਨ ਦੇ ਵਿੱਚ ਕਿਵੇਂ ਜਿਹੜਾ ਕਿ ਬੱਚਿਆਂ ਨੂੰ ਹੈਲਦੀ ਅਤੇ ਅੱਛਾ ਬਣਾ ਸਕਦੇ ਹੈਗੇ ਦੇਖੋ ਜੀ ਲੋਕਡਾਊਨ ਦੇ ਦੌਰਾਨ ਤਾਂ ਬਹੁਤ ਹੀ ਅੱਛਾ ਆਪਣੇ ਕੋਲ ਟਾਈਮ ਆ ਜਿਹੜਾ ਕਿ ਆਪਾਂ ਬੱਚਿਆਂ ਨੂੰ ਲਾ ਸਕਦੇ ਹਾਂ ਗੇਮਾਂ ਵੱਲ ਵੀ ਘਰ ਦੇ ਕੰਮਾਂ ਵੱਲ ਵੀ
ਦੇਖੋ ਜਿਵੇਂ ਘਰ ਦੇ ਕੰਮ ਆ, ਸਫਾਈ ਕਰਨੀ, ਪੋਚਾ ਲਗਾਉਣਾ, ਆਪਾਂ ਆਪਣੀ ਬੱਚਿਆਂ ਤੋਂ ਹੈਲਪ ਲੈ ਸਕਦੇ ਹਾਂ। ਜਿਵੇਂ ਸਾਡੇ ਘਰ ਮੱਝਾਂ ਰੱਖੀਆਂ ਹੋਈਆਂ ਨੇ, ਗਾਵਾਂ ਰੱਖੀਆਂ ਹੋਈਆਂ ਨੇ, ਉਹਨਾਂ ਦੇ ਕੰਮ ਕਾਜ 'ਚ ਵੀ ਆਪਾਂ ਬੱਚਿਆਂ ਤੋਂ ਹੈਲਪ ਲੈ ਸਕਦੇ ਹਾਂ। ਇਹਨਾਂ ਨਾਲ ਬੱਚਿਆਂ ਦੀ ਐਕਟੀਵਿਟੀ ਬਹੁਤ ਹੋਏਗੀ। ਬੱਚਿਆਂ ਨੂੰ ਆਪਾਂ ਨੂੰ ਵਾਕ ਕਰਨ ਦੀ ਆਦਤ ਪਾਉਣੀ ਚਾਹੀਦੀ ਆ, ਬੱਚਿਆਂ ਨੂੰ ਕਸਰਤ ਦੀ ਵੱਧ ਤੋਂ ਵੱਧ ਟਾਈਮ ਦੇਣਾ ਚਾਹੀਦਾ ਗਾ, ਬੱਚਿਆਂ ਨੂੰ ਆਪਣੇ ਖਾਣ ਪੀਣ ਦਾ ਰੂਟੀਨ ਜਿਹੜਾ ਆਪਾਂ ਨੂੰ ਦੱਸਣਾ ਚਾਹੀਦਾ ਵੀ ਬੱਚੇ ਇੱਦਾਂ ਇੱਦਾਂ ਤੁਸੀਂ ਖਾਣਾ ਗਾ, ਆਹ ਚੀਜ਼ ਇਸ ਟਾਈਮ ਖਾਣੀ ਆ, ਇੰਨੀ ਕੁ ਕੁਆਂਟਿਟੀ 'ਚ ਖਾਣੀ ਆ, ਹਰ ਚੀਜ਼ ਦਾ ਆਪਾਂ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ। ਅਤੇ ਜੇ ਮੈਂ ਦੇਖਿਆ ਕਈ ਬੱਚੇ ਜਿਹੜੇ ਜੇ ਉਹਨਾਂ ਨੂੰ ਆਪਾਂ 10 ਰੁਪਏ ਦਿੱਤੇ ਆ ਤਾਂ ਉਹ 20 ਰੁਪਏ ਬਣਾਉਂਦੇ। ਜਿਹੜੇ ਕਈ ਬੱਚੇ ਹੁੰਦੇ ਨੇ ਜੇ ਆਪਾਂ ਉਹਨਾਂ ਨੂੰ 10 ਰੁਪਏ ਦਿੱਤੇ ਆ ਤਾਂ ਉਹ 10 ਰੁਪਇਆਂ ਨੂੰ ਰੱਖਦੇ ਨਹੀਂ, 20 ਰੁਪਏ ਨਹੀਂ ਬਣਾਉਂਦੇ, ਉਹਨਾਂ ਨੂੰ 5 ਰੁਪਏ ਜਾਂ ਫਿਰ 0 ਰੁਪਏ ਬਣਾ ਦਿੰਦੇ ਨੇ। ਐਵੇਂ ਕਿਉਂ ਉਹਨਾਂ ਨੇ ਜੇ ਆਪਾਂ ਬੱਚਿਆਂ ਨੂੰ ਹੋ ਜੀ ਹਜੇ ਉਹ ਬੱਚੇ ਨੇ, ਵੈਸੇ ਆਪਾਂ ਨੂੰ ਉਹਨਾਂ 'ਚ ਸੇਵਿੰਗ ਕਰਨ ਦੀ ਜਿਹੜੀ ਕੁਆਲਿਟੀ ਆ ਪਾਉਣੀ ਚਾਹੀਦੀ ਆ, ਉਹਨਾਂ ਨੂੰ ਦੱਸਣਾ ਚਾਹੀਦਾ ਵੀ ਸੇਵਿੰਗ ਦੇ ਕੀ ਫਾਇਦੇ ਨੇ। ਇਹ ਡਿਪੈਂਡ ਕਰਦਾ ਬੱਚੇ ਦੇ ਸੁਭਾਅ 'ਤੇ, ਕਈ ਬੱਚੇ ਸੇਵਿੰਗ ਕਰਨ 'ਚ ਪਰਫੈਕਟ ਹੁੰਦੇ ਆ, ਕਈ ਬੱਚਿਆਂ ਨੂੰ ਬਜਟ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ। ਜਿਹੜੀ ਤੁਹਾਡੀ ਬੇਟੀ ਆ ਦੱਸੋ ਉਹ ਕਿਵੇਂ ਦੀ ਆ, ਪੈਸੇ ਸੇਵ ਕਰਦੀ ਆ ਕੀ ਆ ਵੀ ਬਸ? ਜੀ ਮੇਰੀ ਬੇਟੀ ਦਾ ਤਾਂ ਕੁਛ ਨਾ ਪੁੱਛੋ ਜੀ, ਉਹ ਤਾਂ ਬਹੁਤ ਹੀ ਵੱਡੀ ਸੇਵਰ ਆ ਜੀ। ਉਹ ਜੀ ਅਸੀਂ ਉਹ ਤੋਂ 200 ਰੁਪਇਆ ਉਧਾਰ ਲੈਂਦੇ ਹਾਂ ਤਾਂ ਜੀ ਉਹ ਸਾਥੋਂ 500 ਰੁਪਇਆ ਲੈ ਲੈਂਦੀ ਹੈ, ਇਸ ਤਰ੍ਹਾਂ ਉਹ ਤਾਂ ਆਪਣੀ ਮਨੀ ਹਮੇਸ਼ਾ ਹੀ ਵਾਧੇ 'ਚ ਰੱਖਦੀ ਹੈ। ਹਾਂਜੀ ਹਾਂਜੀ, ਤੁਹਾਡੇ ਬੇਟੇ ਦੇ ਬਾਰੇ ਤੁਹਾਡਾ ਕੀ? ਮੇਰਾ ਬੇਟਾ ਪੈਸਿਆਂ ਨੂੰ ਜ਼ਿਆਦਾ ਨਹੀਂ ਪਿਆਰ ਕਰਦਾ, ਉਹ ਬਹੁਤ ਸਬਰ ਵਾਲਾ ਹੈਗਾ, ਉਹਨੂੰ ਜ਼ਿਆਦਾ ਇੰਟਰਸਟ ਨਹੀਂ ਹੈਗਾ ਉਹਦੇ, ਇਸ ਲਈ ਉਹ ਪੈਸਾ ਖਰਾਬ ਵੀ ਨਹੀਂ ਕਰਦਾ ਅਤੇ ਆਪਣੇ ਕੋਲ ਵੀ ਨਹੀਂ ਰੱਖਦਾ। ਹਾਂਜੀ ਵੀਰ, ਉਹ ਜਿਵੇਂ ਮੈਂ ਦੇਖਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਇੱਕ ਵਾਰ ਪੁੱਛਿਆ ਕੀ ਲੈਣਾ ਗਾ ਕਿ ਜਿਵੇਂ ਆਪਣੀ 10ਵੀਂ ਦੇ ਵਿੱਚੋਂ ਅੱਛੇ ਮਾਰਕਸ ਲੈ ਲਓ ਪਰ ਸਭ ਤੋਂ ਕੁਛ ਵੀ ਲੈ, ਤਾਂ ਤੁਹਾਡੇ ਬੱਚੇ ਬੇਟੇ ਨੇ ਕਿਹਾ ਕਿ ਮੈਂ ਇੱਕ ਬੁਲਟ ਲੈਣਾ, ਮੈਂ ਡੋਟ ਗਿਆਰਾਂ ਕੀ ਸੀ ਉਹਦਾ ਨਾਮ, ਉਹ ਤਿਆਰ ਕਰਾਉਣਾ ਗਾ ਕਿ ਇਹ ਉਹ ਘੋੜੀ ਲੈਣੀ ਹੈਗੀ ਕੁਛ ਇਹੋ ਜਿਹੀ ਆਉਂਦੀ। ਦੇਖੋ ਜੀ ਉਹ ਬੱਚੇ ਦੇ ਸ਼ੌਕ ਨੇ, ਉਹਨੂੰ ਅਜੇ ਨਹੀਂ ਪਤਾ ਵੀ ਮੈਂ ਕਿਸੇ ਚਿੰਨ੍ਹ ਦੀ ਡਿਮਾਂਡ ਕਰ ਸਕਦਾ ਗਾ। ਉਹ ਅਸੀਂ ਉਹਨੂੰ ਸਮਝਾਇਆ ਵੀ ਬੇਟਾ ਤੂੰ ਅਜੇ ਛੋਟਾ ਗਾ, ਵੀ ਤੂੰ ਇਹਨਾਂ ਚੀਜ਼ਾਂ 'ਤੇ ਨਹੀਂ ਆਪਾਂ ਪੈਸਾ ਲਾਉਣਾ ਕਿਉਂਕਿ ਤੇਰੇ ਲਈ ਖਤਰਨਾਕ ਹੋ ਸਕਦੀਆਂ ਨੇ, ਤੇਰੀ ਏਜ ਅਜੇ ਘੱਟ ਆ। ਤਾਂ ਸਾਡਾ ਬੱਚਾ ਸਮਝ ਗਿਆ। ਤੁਹਾਡੀ ਬੇਟੀ ਦੀ ਤਰਫ ਤੋਂ ਕਿੰਨੀਆਂ ਕੁ ਡਿਮਾਂਡਾਂ ਬਣਦੀਆਂ ਨੇ? ਦੇਖੋ ਜੀ ਮੇਰੀ ਬੇਟੀ ਕੋਈ ਖਾਸ ਡਿਮਾਂਡ ਨਹੀਂ ਰੱਖਦੀ, ਉਹ ਬਹੁਤ ਅੱਛੀ ਬੱਚੀ ਆ, ਉਹ ਜੋ ਵੀ ਕੁਛ ਅਸੀਂ ਉਹਨੂੰ ਦਿੰਦੇ ਹਾਂ ਤਾਂ ਉਹ ਬਹੁਤ ਹੀ ਖੁਸ਼ੀ ਖੁਸ਼ੀ ਸਵੀਕਾਰ ਕਰਦੀ ਆ ਅਤੇ ਬਹੁਤ ਖੁਸ਼ ਹੋ ਜਾਂਦੀ ਆ। ਧੰਨਵਾਦ ਜੀ ਕਿ ਤੁਸੀਂ ਸਾਡੇ